ਲੰਗਰ ਤੇ ਜੀਐਸਟੀ ਖਿਲਾਫ ਅੰਦੋਲਨ 31 ਮਈ ਤੋਂ। ਜਗਮੀਤ ਬਰਾੜ। ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲੇ ਜਗਮੀਤ ਸਿੰਘ ਬਰਾੜ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਲੰਗਰ ਉੱਪਰ ਲੱਗੇ ਜੀਐਸਟੀ ਖਿਲਾਫ ਉਹ 31 ਮਈ ਤੋਂ ਅੰਦੋਲਨ ਸ਼ੁਰੂ ਕਰਨਗੇ। ਮੈਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਜਦੋਂ ਅਸੀਂ ਲੰਗਰ ਦੀਆਂ ਪਰਚੀਆਂ ਕਟਵਾਈਆਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ, ਤਾਂ ਲੰਗਰਾਂ 'ਤੇ ਜੋ ਟੈਕਸ ਗੁਰੂ ਰਾਮਦਾਸ ਮਹਾਰਾਜ ਜੀ ਉੱਪਰ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਪਰ, ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦ ਕੀ ਚਾਦਰ ਉੱਪਰ, ਜੋ ਕਲਗੀਧਰ ਪਾਤਸ਼ਾਹ ਉੱਪਰ ਔਰ ਜੋ ਮਹਾਨ ਇਹਨਾਂ ਲੰਗਰਾਂ ਦੇ ਉੱਪਰ ਟੈਕਸ ਲਾਇਆ ਗਿਆ, ਸ਼ਾਇਦ ਔਰੰਗਜ਼ੇਬ ਦੀ ਹਕੂਮਤ ਨਾਲੋਂ ਵੀ ਵੱਧ, ਇੱਕ ਭਿਅੰਕਰ ਸਿੱਖ ਮਰਿਆਦਾ 'ਤੇ ਇੱਕ ਚੋਟ ਹੈ ਔਰ ਸਾਡੀ ਸੰਸਕ੍ਰਿਤੀ ਅਤੇ ਸਾਡੀ ਮਰਿਆਦਾ ਨੂੰ ਨਾ ਸਮਝਦਿਆਂ ਹੋਇਆਂ ਜਾਂ ਸਮਝਦਿਆਂ ਹੋਇਆਂ ਜਿਸ ਪ੍ਰਕਾਰ ਅਜੇ ਤੱਕ ਉਸਨੂੰ ਵਾਪਸ ਨਹੀਂ ਲਿਆ ਗਿਆ। ਅਸੀਂ ਇਹ ਪਹਿਲਾ ਜਥਾ ਸ੍ਰੀ ਮੁਕਤਸਰ ਸਾਹਿਬ ਤੋਂ, ਮਾਈ ਭਾਗੋ ਔਰ ਭਾਈ ਮਹਾਂ ਸਿੰਘ ਦੀ ਮਹਾਨ ਧਰਤੀ ਤੋਂ ਇਹ ਫੈਸਲਾ ਲਿਆ ਹੈ ਕਿ ਅਗਰ 31 ਮਈ ਤੱਕ ਹਿੰਦੁਸਤਾਨ ਦੀ ਸਰਕਾਰ, ਕਿਉਂਕਿ ਪੰਜਾਬ ਨੇ ਆਪਣਾ ਰੋਲ ਅਦਾ ਕਰ ਦਿੱਤਾ, ਪੰਜਾਬ ਨੇ ਆਪਣਾ ਬਣਦਾ ਹਿੱਸਾ ਪੰਜਾਬ ਦੀ ਵਿਧਾਨ ਸਭਾ ਵਿੱਚ GST ਦਾ ਵਾਪਸ ਲਿਆ, ਮਗਰ ਕੇਂਦਰ ਵੱਲੋਂ ਅਜੇ ਤੱਕ ਇਸ ਸੰਬੰਧ ਵਿੱਚ ਕੋਈ ਸਪਸ਼ਟੀਕਰਨ ਨਹੀਂ ਆਇਆ। ਅਗਰ ਇਹ ਫੈਸਲਾ 31 ਤੱਕ ਨਹੀਂ ਲਿਆ ਜਾਂਦਾ ਵਾਪਸ, ਤਾਂ ਅਸੀਂ ਪੰਜਾਬ ਦੀ ਆਜ਼ਾਦੀ 47 ਤੋਂ ਬਾਅਦ ਸਭ ਤੋਂ ਵੱਡਾ ਕੇਂਦਰ ਦੇ ਵਿਰੁੱਧ ਵਿਸ਼ੇਸ਼ ਦਰਜਾ ਜੋ ਪੰਜਾਬ ਨੂੰ ਮਿਲੇ ਉਸਦਾ ਮੋਰਚਾ ਆਰੰਭ ਕਰਾਂਗੇ। ਕਾਂਗਰਸ ਵਿੱਚ ਸ਼ਾਮਿਲ ਹੋਣ ਸੰਬੰਧੀ ਉਹਨਾਂ ਕਿਹਾ ਕਿ ਇਸ ਬਾਰੇ ਨਾ ਤਾਂ ਉਹਨਾਂ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ ਹੈ ਅਤੇ ਨਾ ਹੀ ਕਾਂਗਰਸ ਪ੍ਰਧਾਨ ਨਾਲ। ਇਸ ਬਾਰੇ ਕੋਈ ਨਿਰਣਾ ਅੰਤਿਮ ਨਹੀਂ ਹੋਇਆ ਹੈ। ਇਹ ਫੈਸਲਾ ਜੋ ਹੈ ਇਹ ਪਾਰਟੀ ਕਾਂਗਰਸ ਹਾਈ ਕਮਾਂਡ ਔਰ ਸੂਬੇ ਦੇ ਮੁੱਖ ਮੰਤਰੀ ਔਰ ਸੂਬਾ ਕਾਂਗਰਸ ਦੇ ਪ੍ਰਧਾਨ ਔਰ ਪਾਰਟੀ ਨੇ ਲੈਣਾ। ਮੈਂ ਇਹਦੇ 'ਤੇ ਉਦੋਂ ਵਿਚਾਰ ਕਰਾਂਗਾ ਜਦੋਂ ਪਾਰਟੀ ਵੱਲੋਂ ਇਸ ਸੰਬੰਧ ਵਿੱਚ ਮੇਰੇ ਨਾਲ ਕੋਈ ਵਾਰਤਾਲਾਪ